ਜਫਰ ਸਾਹਿਬ ਅਸੀਂ ਨਾਨਕ ਦੇ ਕੀ ਲੱਗੇ ਬਸ ਜਿਹੜਾ ਇੱਦਾਂ ਬੋਲ ਦਿੰਦਾ ਮੇਰਾ ਕੰਮ ਸੌਖਾ ਕਰ ਦਿੰਦਾ ਤੁਹਾਡੇ ਮੂੰਹੋਂ ਸੁਣ ਮੂੰਹੇ ਸੁਣ ਪੈਸੇ ਵੈਸੇ ਇੱਕ ਵਾਰੀ ਮੈਂ ਜੀ ਇਹ ਪੜ੍ਹਨੀ ਬਹੁਤੀ ਰਵਾਂ ਨਹੀਂ ਹੈ ਮੈਂ ਬਹੁਤ ਘੱਟ ਪੜ੍ਹੀ ਆ ਅਤੇ ਇੱਕ ਵਾਰੀ ਇਹਦੇ ਨਾਲ ਦੋ ਜੁੜੀਆਂ ਹੋਈਆਂ ਗੱਲਾਂ ਨੇ ਸੁਰਜੀਤ ਪਾਤਰ ਹੋਣੀ ਕਿਸੇ ਕਾਲਜ ਯੂਨੀਵਰਸਿਟੀ ਦੇ ਇੰਟਰ ਕਾਲਜ ਕਵਿਤਾ ਕੰਪੀਟੀਸ਼ਨ ਦੇ ਫੰਕਸ਼ਨ ਦੇ ਚੀਫ ਗੈਸਟ ਸੀਗੇ ਅਤੇ ਉਹਨੇ ਮੈਨੂੰ ਆ ਕੇ ਦੱਸਿਆ ਮੈਂ ਨਵੀਂ ਨਵੀਂ ਮੇਰੀ ਕਿਤਾਬ ਛਪੀ ਸੀ ਇਹ ਅਤੇ ਉਹ ਮੈਨੂੰ ਕਹਿੰਦੇ ਵੀ ਇਹ ਕਵਿਤਾ ਤੋਂ ਤੂੰ ਤੈਨੂੰ ਹੁਣ ਪੜ੍ਹਨ ਦੀ ਲੋੜ ਨਹੀਂ ਅਤੇ ਕਹਿੰਦੇ ਫਲਾਣੇ ਕਾਲਜ 'ਚ ਮੈਂ ਗਿਆ ਸੀ ਉੱਥੇ 24 ਜਾਂ 25 ਬੱਚਿਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਉਹਨਾਂ ਵਿੱਚੋਂ 12-13 ਨੇ ਇਹ ਇੱਕੋ ਹੀ ਕਵਿਤਾ ਪੜ੍ਹੀ ਅਤੇ ਮੈਂ ਸੱਚੀ ਬਹੁਤ ਘੱਟ ਪੜ੍ਹੀ ਅਤੇ ਇੱਕ ਵਾਰੀ ਸਾਡਾ ਵਿਵੇਕ ਸਿੰਘ ਉਹਨੇ ਕੁਛ ਕਵਿਤਾਵਾਂ 'ਤੇ ਛੋਟੀਆਂ ਵੀਡੀਓਜ਼ ਬਣਾਈਆਂ 4-5 ਕਵਿਤਾਵਾਂ 'ਤੇ ਮਨ ਚੁੱਕੀਆਂ ਅਤੇ ਇਹ ਤੋਂ ਉਹਨੇ ਸ਼ੁਰੂ ਕੀਤੀ ਅਤੇ ਮੈਨੂੰ ਕਹਿੰਦਾ ਚਲੋ ਫਿਰ ਤੁਹਾਡੀ ਵੀਡੀਓ ਕਰੀਏ ਇਸ ਕਵਿਤਾ ਦੀ ਅਤੇ ਮੈਨੂੰ ਉਹਨੇ ਬਿਠਾ ਲਿਆ ਡਾਇਨਿੰਗ ਟੇਬਲ ਦੇ ਐਕਸਰੇ 'ਤੇ ਮੈਨੂੰ ਬਿਠਾ ਲਿਆ ਦੂਜੇ ਪਾਸੇ ਆਪਣਾ ਕੈਮਰਾ ਕੁਮਰਾ ਚਲਾ ਕੇ ਪੈ ਗਿਆ ਅਤੇ ਮੈਨੂੰ ਕਹਿੰਦਾ ਪੜ੍ਹੋ ਅਤੇ ਮੈਂ ਕਵਿਤਾ ਪੜ੍ਹ ਦਿੱਤੀ ਤਕਰੀਬਨ ਉੱਦਾਂ ਹੀ ਪੜ੍ਹੂੰਗਾ ਜਿੱਦਾਂ ਮੈਂ ਉੱਥੇ ਪੜ੍ਹੀ ਸੀ ਅਤੇ ਉਹ ਰਿਕਾਰਡ ਕਰਨ ਤੋਂ ਬਾਅਦ ਮੈਨੂੰ ਕਹਿੰਦਾ ਤੁਹਾਨੂੰ ਕਵਿਤਾ ਪੜ੍ਹਨੀ ਤਾਂ ਨਹੀਂ ਆਉਂਦੀ ਹੈ ਮੈਂ ਕਿਹਾ ਯਾਰ ਮੈਂ ਆਪਣੇ ਕਵਿਤਾ ਪੜ੍ਹਨ 'ਚ ਆਪਣੇ ਕਾਲਜ 'ਚੋਂ ਫਸਟ ਆਇਆ ਆਪਣੇ ਕਾਲਜਾਂ ਦੇ ਜ਼ੋਨ 'ਚੋਂ ਫਸਟ ਆਇਆ ਮੈਂ ਯੂਨੀਵਰਸਿਟੀ 'ਚੋਂ ਫਸਟ ਆਇਆ ਮੈਂ ਇੰਟਰ ਯੂਨੀਵਰਸਿਟੀ 'ਚੋਂ ਵੀ ਫਸਟ ਆਇਆ ਇਹ ਤੇਰੀ ਗੱਲ ਠੀਕ ਨਹੀਂ ਚਲੋ ਕਹਿੰਦਾ ਆਪਾਂ ਬਹਿਸ ਨਹੀਂ ਪੈਂਦੇ ਅਤੇ ਤੁਹਾਨੂੰ ਲੋਕਾਂ ਸਾਹਮਣੇ ਪੜ੍ਹਨੀ ਆਉਂਦੀ ਆ ਕੈਮਰੇ ਸਾਹਮਣੇ ਨਹੀਂ ਪੜ੍ਹਨੀ ਮੈਂ ਕਿਹਾ ਨਹੀਂ ਮੈਂ ਟੀ ਵੀ 'ਤੇ ਵੀ ਬਹੁਤ ਪੜ੍ਹੀਆਂ ਉਹ ਫਿਰ ਕਹਿੰਦਾ ਕਹਿੰਦਾ ਫਿਰ ਵੀ ਆਪਾਂ ਬਹਿਸ 'ਚ ਨਹੀਂ ਪੈਂਦੇ ਅਤੇ ਮੈਂ ਤੁਹਾਨੂੰ ਦੱਸਦਾ ਫਿਰ ਇਹਨੂੰ ਤੁਸੀਂ ਇੱਦਾਂ 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 ਕਰਕੇ ਫੋਟੋ ਮੈਂ ਕਿਹਾ ਠੀਕ ਹੈ ਜੀ ਮੈਂ ਉਹਦੀ ਡਾਇਰੈਕਸ਼ਨ 'ਚ ਪੜ੍ਹੀ ਫਿਰ ਉਹਨੇ ਮੈਨੂੰ ਦੋਨੋਂ ਵੀਡੀਓ ਦਿਖਾਈਆਂ ਅਤੇ ਜਦ ਮੈਂ ਦੇਖ ਲਿਆ ਮੈਨੂੰ ਕਹਿੰਦਾ ਸਮਝ ਆ ਗਈ ਮੈਂ ਕਿਹਾ ਹਾਂਜੀ ਅਤੇ ਉਹ ਕਵਿਤਾ ਨਾਨਕ ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਪੈਂਡੇ ਦੀ ਧੂੜ ਨਾਲ ਲੱਤ ਪੱਤ ਪਿੰਜਣੀਆਂ ਤਿੜਕੀਆਂ ਅੱਡੀਆਂ ਹਨੇਰੀ ਨਾਲ ਉਲਝੀ ਖੁਸ਼ਕ ਦਾੜੀ ਲੂਆਂ ਬਰਫ਼ਾਂ ਦੀ ਚੰਬੀ ਪਕਰੋੜ ਚਮੜੀ ਗੱਲਾਂ ਦਾ ਚਿਪਕਿਆ ਮਾਸ ਅਤੇ ਚਿਹਰੇ ਦੀਆਂ ਉੱਭਰੀਆਂ ਹੱਡੀਆਂ ਦੇ ਡੂੰਘ 'ਚ ਦਗਦੀਆਂ ਮਗਦੀਆਂ ਤੇਜ਼ ਅੱਖਾਂ ਜੋ ਪਰਿਵਾਰ ਨੂੰ ਸਰਕਾਰ ਨੂੰ ਅਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ ਚਿਹਰੇ ਦੀਆਂ ਉੱਭਰੀਆਂ ਹੱਡੀਆਂ ਦੇ ਡੂੰਘ 'ਚ ਦਗਦੀਆਂ ਮਗਦੀਆਂ ਤੇਜ਼ ਅੱਖਾਂ ਜੋ ਪਰਿਵਾਰ ਨੂੰ ਸਰਕਾਰ ਨੂੰ ਅਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ ਬਹੁਤ ਖਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲੀ ਨਾਨਕ ਬਹੁਤ ਖਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲੀ ਨਾਨਕ ਅਜਿਹੇ ਨਾਨਕ ਦਾ ਅਸੀਂ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ ਨਿਆਣੇ ਵਿਗਾੜ ਸਕਦਾ ਕਿਸੇ ਕਾਬੇ ਵੱਲ ਪੈਰ ਕਰਕੇ ਪ੍ਰਕਰਮਾਂ ਵਿੱਚ ਲੇਟਣ ਲਈ ਉਕਸਾ ਸਕਦਾ ਲਿਹਾਜ਼ਾ ਲੱਤਾਂ ਤੜਵਾ ਜਾਂ ਲੱਤਾਂ ਵਢਵਾ ਸਕਦਾ ਅਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ ਮਸਲਨ ਅਸੀਂ ਮਜ਼ਹਬੀ ਚਿੰਨ੍ਹਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ ਵਹਿਣਾਂ ਨੂੰ ਮੋੜਨ ਦਾ ਮਰਿਆਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ ਸਾਨੂੰ ਤਾਂ ਚਾਹੀਦੀ ਹੈ ਖੈਰ ਸੁੱਖ ਸ਼ਾਂਤੀ ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ ਵਧਦੀਆਂ ਵੇਲਾਂ ਅਤੇ ਵੇਲਾਂ ਨੂੰ ਲੱਗਦੇ ਰੁਪਈਏ ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਸ਼ਾਂਤ ਲਈ ਲਕਸ਼ਮੀ ਦੇਵੀ ਵਾਂਗ ਉਠਾਇਆ ਆਸ਼ੀਰੀ ਹੱਥ ਹੱਥ 'ਚੋਂ ਫੁੱਟਦੀ ਮਿਹਰ ਅਤੇ ਅੱਖਾਂ 'ਚੋਂ ਡੁੱਲ ਡੁੱਲ ਪੈਂਦੀ ਕੋਮਲਤਾ ਸਨ ਸਿਲਕੀ ਸ਼ਫਾਫ ਦਾੜੀ ਗੋਲ ਮਟੋਲ ਗੋਲੀਆਂ ਗੁਲਾਬੀ ਗੱਲਾਂ ਫੇਅਰ ਐਂਡ ਲਵਲੀ ਸੁਰਖ ਟਿਪਸੀ ਹੋਂਟ ਮੁਲਾਇਮ ਜੈਮਨੀ ਪੈਰ ਕੂਲੇ ਬਾਰਬੀ ਹੱਥ ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਸ਼ਾਂਤ ਲੀਨ ਲਕਸ਼ਮੀ ਦੇਵੀ ਵਾਂਗ ਉਠਾਇਆ ਆਸ਼ੀਰੀ ਹੱਥ ਹੱਥ 'ਚੋਂ ਫੁੱਟਦੀ ਮਿਹਰ ਅਤੇ ਅੱਖਾਂ 'ਚੋਂ ਡੁੱਲ ਡੁੱਲ ਪੈਂਦੀ ਕੋਮਲਤਾ ਸਨ ਸਿਲਕੀ ਸ਼ਫਾਫ ਦਾੜੀ ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ ਫੇਅਰ ਐਂਡ ਲਵਲੀ ਸੁਰਖ ਟਿਪਸੀ ਹੋਂਟ ਮੁਲਾਇਮ ਜੈਮਨੀ ਪੈਰ ਕੂਲੇ ਬਾਰਬੀ ਹੱਥ ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ ਸਾਡੇ ਇਹਨਾਂ ਘਰਾਂ ਦੀਆਂ ਕੰਧਾਂ 'ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ। ਰਾਹਾਂ ਨੂੰ ਰੱਦ ਕੇ ਤੁਰਨ ਵਾਲੇ ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀਂ ਚੱਲ ਸਕਦਾ। ਸਾਡੇ ਇਹਨਾਂ ਘਰਾਂ ਦੀਆਂ ਕੰਧਾਂ ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ। ਰਾਹਾਂ ਨੂੰ ਰੱਦ ਕੇ ਤੁਰਨ ਵਾਲੇ ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀਂ ਝੱਲ ਸਕਦੀ। ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ ਘਰ ਨਹੀਂ ਢੋਣੇ। ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ ਘਰ ਨਹੀਂ ਢੋਣੇ। ਮਸਾਂ ਮਸਾਂ ਰੱਬ ਤੋਂ ਲਏ ਨਿਆਣੇ ਹੱਥੋਂ ਨਹੀਂ ਗਵਾਉਣੇ। ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ। ਮਾਫ਼ ਕਰਨਾ ਇੱਕ ਥੋੜ੍ਹੀ ਹਲਕੀ ਫੁਲਕੀ ਜਿਸ ਤਰ੍ਹਾਂ ਦੀ ਮੂਰਤ ਦਾ ਜ਼ਿਕਰ ਆਇਆ ਉਸ ਮੂਰਤ ਵਾਲੇ ਗੁਰੂ ਨਾਨਕ ਦੇ ਸਿੱਖ ਦੀ, ਉਹਦਾ ਨਾਂ ਹੈ ਗੁਰਮੁਖ ਸਿੰਘ। ਗੁਰੂ ਨਾਨਕ ਫਲੋਰ ਮਿਲ ਵਾਲਾ ਸਰਦਾਰ ਗੁਰਮੁਖ ਸਿੰਘ ਗੁਰੂ ਨਾਨਕ ਦਾ ਬੜਾ ਸ਼ਰਧਾਵਾਨ ਹੈ। ਗੁਰੂ ਨਾਨਕ ਫਲੋਰ ਮਿਲ ਵਾਲਾ ਸਰਦਾਰ ਗੁਰਮੁਖ ਸਿੰਘ ਗੁਰੂ ਨਾਨਕ ਦਾ ਬੜਾ ਸ਼ਰਧਾਵਾਨ ਹੈ। ਜਿਹੜੀ ਵੱਡੀ ਕੋਠੀ 'ਤੇ ਲਿਖਿਆ ਹੋਇਆ ਗੁਰੂ ਨਾਨਕ ਬਖਸ਼ਿਸ਼, ਆ ਤੁਹਾਡੇ ਤਾਂ ਇੱਥੇ ਨੰਬਰ ਹੀ ਲਿਖਦੇ ਆ ਨਾ ਇਕੱਲੇ ਘਰਾਂ ਬਾਰ, ਆਪਣੇ ਉੱਥੇ ਘਰ ਦੇ ਬਾਹਰ ਨਾਂ ਲਿਖੀਦਾ ਸੀ, ਫਿਰ ਅਸੀਂ ਆਪਣਾ ਅਹੁਦਾ ਲਿਖੀਦਾ, ਫਿਰ ਡਾਕਟਰਾਂ ਨੇ ਤਾਂ ਡਿਗਰੀਆਂ ਵੀ ਲਿਖੀਆਂ ਹੁੰਦੀਆਂ 5-6 ਨਾਂ ਅਤੇ ਖਾਸਾ ਕੁਛ ਲਿਖਿਆ ਹੁੰਦਾ ਅਤੇ ਘਰ ਦੇ ਉੱਤੇ ਕਈਆਂ ਨੇ ਕਿਹਾ ਨਾਰਾਇਣ ਬਸੇਰਾ ਆਲਣਾ ਵਗੈਰਾ ਵਗੈਰਾ, ਜਿੰਨੇ ਉੱਥੇ ਘਰ 'ਤੇ ਸ਼ਬਦ ਖਰਚੇ ਜਾ ਸਕਦੇ ਆ ਖਰਚੇ ਜਾਂਦੇ ਆ। ਦੁਬਾਰਾ ਸ਼ੁਰੂ ਕਰਦਾ ਗੁਰਮੁਖ ਸਿੰਘ। ਗੁਰੂ ਨਾਨਕ ਫਲੋਰ ਮਿਲ ਵਾਲਾ ਸਰਦਾਰ ਗੁਰਮੁਖ ਸਿੰਘ ਗੁਰੂ ਨਾਨਕ ਦਾ ਬੜਾ ਸ਼ਰਧਾਵਾਨ ਹੈ। ਜਿਹੜੀ ਵੱਡੀ ਕੋਠੀ 'ਤੇ ਲਿਖਿਆ ਹੋਇਆ ਗੁਰੂ ਨਾਨਕ ਬਖਸ਼ਿਸ਼, ਉਸੇ ਦਾ ਮਕਾਨ ਹੈ। ਗੁਰੂ ਨਾਨਕ ਫਿਲਿੰਗ ਸਟੇਸ਼ਨ ਵੀ ਉਸਦਾ ਹੈ। ਪੈਸੇ ਨੂੰ ਪੈਸੇ ਦੀ ਖਿੱਚ ਹੈ, ਵੱਡਾ ਮੁੰਡਾ ਆਪਣੀ ਜਗ੍ਹਾ ਸੈੱਟ ਹੈ। ਗੁਰੂ ਨਾਨਕ ਬਿਲਡਰਸ ਦਾ ਇਕੱਲਾ ਮਾਲਕ ਹੈ ਅਤੇ ਛੋਟਾ ਗੁਰੂ ਨਾਨਕ ਫਾਈਨਾਂਸ ਕੰਪਨੀ ਦਾ ਸੰਚਾਲਕ ਹੈ। ਅਗਲੀ ਪੀੜ੍ਹੀ ਵੀ ਲਾਇਕ ਹੈ, ਸੋਹਣੀ ਚੱਲ ਪਈ ਹੈ। ਪੋਤਰੇ ਨੂੰ ਗੁਰੂ ਨਾਨਕ ਕਾਲਜ ਵਿੱਚ ਪੇਡ ਸੀਟ ਮਿਲ ਗਈ ਹੈ। ਗੁਰਮੁਖ ਸਿੰਘ 'ਤੇ ਬੜੀ ਮਿਹਰ ਹੈ ਉਸ ਗੁਰੂ ਦੀ, ਜਿਨ੍ਹਾਂ ਪਿਓ ਦੀ ਕਮਾਈ ਵੀ ਗੁਆ ਛੱਡੀ, ਕੋਈ ਬਿਜ਼ਨਸ ਕਰਨ ਦੀ ਬਜਾਏ ਭੁੱਖੇ ਸਾਧੂਆਂ ਨੂੰ ਰੋਟੀ ਖਵਾ ਛੱਡੀ, ਜੋ ਤੇਰਾ ਤੇਰਾ ਲਾਉਂਦੇ ਰਹੇ ਅਤੇ ਮੋਦੀ ਖਾਨਾ ਲਟਾਉਂਦੇ ਰਹੇ, ਗਾਉਂਦੇ ਰਹੇ, ਭਾਉਂਦੇ ਰਹੇ, ਸੁਣਦੇ ਅਤੇ ਸੁਣਾਉਂਦੇ ਰਹੇ, ਬੱਚੇ ਨਾ ਕਿਧਰੇ ਸੈੱਟ ਕੀਤੇ, ਬਸ ਗੋਸ਼ਟੀਆਂ ਰਚਾਉਂਦੇ ਰਹੇ। ਗੁਰਮੁਖ ਸਿੰਘ 'ਤੇ ਬੜੀ ਮਿਹਰ ਹੈ ਉਸ ਗੁਰੂ ਦੀ, ਜਿਨ੍ਹਾਂ ਪਿਓ ਦੀ ਕਮਾਈ ਵੀ ਗੁਆ ਛੱਡੀ, ਕੋਈ ਬਿਜ਼ਨਸ ਕਰਨ ਦੀ ਬਜਾਏ ਭੁੱਖੇ ਸਾਧੂਆਂ ਨੂੰ ਰੋਟੀ ਖਵਾ ਛੱਡੀ, ਜੋ ਤੇਰਾ ਤੇਰਾ ਲਾਉਂਦੇ ਰਹੇ, ਮੋਦੀ ਖਾਨਾ ਲਟਾਉਂਦੇ ਰਹੇ, ਗਾਉਂਦੇ ਰਹੇ, ਭਾਉਂਦੇ ਰਹੇ, ਸੁਣਦੇ ਰਹੇ, ਸੁਣਾਉਂਦੇ ਰਹੇ, ਬੱਚੇ ਨਾ ਕਿਧਰੇ ਸੈੱਟ ਕੀਤੇ, ਬਸ ਗੋਸ਼ਟੀਆਂ ਰਚਾਉਂਦੇ ਰਹੇ। ਤੁਸੀਂ ਪੁੱਛ ਸਕਦੇ ਹੋ ਕਿ ਨਾਨਕ ਦੇ ਨਾਂ 'ਤੇ ਖੁੱਲ੍ਹੇ ਮੋਦੀ ਖਾਨਿਆਂ ਦੇ ਮਾਲਕ ਭਲਾ ਨਾਨਕ ਦੇ ਕੀ ਲੱਗਦੇ। ਤੁਸੀਂ ਪੁੱਛ ਸਕਦੇ ਹੋ ਕਿ ਨਾਨਕ ਦੇ ਨਾਂ 'ਤੇ ਖੁੱਲ੍ਹੇ ਮੋਦੀ ਖਾਨਿਆਂ ਦੇ ਮਾਲਕ ਭਲਾ ਨਾਨਕ ਦੇ ਕੀ ਲੱਗਦੇ ਨੇ। ਗੁਰਮੁਖ ਸਿੰਘ ਤਾਂ ਇੰਨਾ ਜਾਣਦਾ ਕਿ ਦੇਣ ਲੈਣ ਦਾ ਸਿੱਧਾ ਰਿਸ਼ਤਾ ਹੈ, ਇੱਕ ਪਾਸਿਓਂ ਥਾਂ ਸ਼ਰਧਾ ਹੈ, ਦੂਜੇ ਪਾਸਿਓਂ ਆਪਾਂ ਕਿਰਪਾ ਹੈ।